ਮੈਨੂੰ ਨਾ ਆਪਣੇ 10:30 ਨਾ ਫੋਨ ਆਇਆ ਸੀਗਾ ਇੱਕ ਕਿ ਤੁਹਾਨੂੰ ਇੱਕ ਫੋਟੋ ਪਾਈ ਹੈ ਅਤੇ ਫੋਟੋ ਚੈੱਕ ਕਰਿਓ ਕਿ ਆਪਾਂ ਮੰਡੀ ਦਾ ਕਾਰੋਬਾਰ ਆ ਸਾਡਾ ਆਪਾਂ ਮੰਡੀ ਦਾ ਕਾਰੋਬਾਰ ਕਰਦੇ ਹਾਂ ਅਤੇ ਸਾਨੂੰ ਫੋਟੋ ਆਈ ਸੀਗੀ ਅਤੇ ਇੱਕ ਫੋਟੋ ਚੈੱਕ ਕਰਿਓ ਅਤੇ ਮੰਡੀ ਦਾ ਬੰਦਾ ਵਾ ਕੋਈ ਅਤੇ ਆਪਾਂ ਫੋਟੋ ਚੈੱਕ ਕੀਤੀ ਉਸ ਫੋਟੋ ਨੂੰ ਵੇਖਿਆ ਅਤੇ ਉਹ ਮੇਰਾ ਬ੍ਰਦਰ ਸੀਗਾ ਤਾਏ ਦਾ ਤਾਇਆ ਜੀ ਦਾ ਲੜਕਾ ਮੇਰੇ ਦਾ ਕੀ ਨਾਂ ਅਤੇ ਉਹਨਾਂ ਦਾ ਨਾਂ ਰਾਹੁਲ ਕੁਮਾਰ ਜੀ ਆ ਕਿੰਨੀ ਉਮਰ ਉਹਨਾਂ ਦੀ ਹੈਗੀ ਜੀ 32 ਉਮਰ ਜੀ 31-32 ਉਮਰ ਆ ਉਹਨਾਂ ਦੀ ਅਤੇ ਉਹ ਇੱਥੋਂ ਗਏ ਨੇ ਸ਼ਾਮ ਦੀ ਗੱਲ ਦੱਸਦੇ ਨੇ ਲੋਕ ਕਿ ਇੱਥੋਂ ਬੱਸ ਸਟੈਂਡ ਤੋਂ ਬਹਿ ਕੇ ਗਏ ਨੇ ਮੁੰਡਿਆਂ ਦੇ ਨਾਲ ਗੱਡੀ ਦੇ ਵਿੱਚ ਅਤੇ ਜਦੋਂ ਫੋਨ ਆਇਆ ਤਾਂ ਆਪਾਂ ਫੋਨ ਦੇ ਵਿੱਚ ਵੇਖੀ ਫੋਟੋ ਅਤੇ ਉਹਨਾਂ ਦੀ ਨਾ ਡੈੱਡ ਬੋਡੀ ਦੇਖੀ ਆਪਾਂ ਅਤੇ ਬਾਅਦ ਵਿੱਚ ਸਾਨੂੰ ਮਗਰੋਂ ਫੋਨ ਆਇਆ ਇੱਕ ਭਾਈ ਨਾ ਆਪਣੇ ਇੱਥੇ ਭਾਗੋਵਾਲ ਦੇ ਲਾਗੇ ਐਕਸੀਡੈਂਟ ਹੋਇਆ ਵਾ ਅਤੇ ਤੁਹਾਡਾ ਬ੍ਰਦਰ ਵਾ ਅਤੇ ਤੁਸੀਂ ਵੈਰੀਫਾਈ ਕੀਤਾ ਵਾ ਤੁਹਾਨੂੰ ਮੁਲਾਜ਼ਮਾਂ ਨੇ ਦੱਸਿਆ ਵਾ ਅੱਜ ਹੀ ਆਪਾਂ ਕਹਿੰਦਾ ਦੱਸਿਆ ਜੀ ਆਪਾਂ ਅਤੇ ਆਪਾਂ ਉਸ ਜਗ੍ਹਾ 'ਤੇ ਜਾ ਕੇ ਵੇਖਣਾ ਹੀ ਗਾ ਹਾਲੇ ਅਤੇ ਸਾਨੂੰ ਪਹਿਲਾਂ ਹੀ ਸਾਰੇ ਆ ਗਏ ਇੱਕ ਮੈਸੇਜ ਆ ਗਏ ਪੁਲਿਸ ਵਾਲੇ ਆ ਗਏ ਸਾਡੇ ਕੋਲ ਸਾਨੂੰ ਕਹਿੰਦੇ ਕਿ ਤੁਹਾਡੇ ਬ੍ਰਦਰ ਦੀ ਇੱਦਾਂ ਡੈਥ ਹੋ ਗਈ ਆ ਅਤੇ ਜਿਹੜੇ ਨਾਲ ਸੀਗੇ ਮੁੰਡੇ ਉਹਨਾਂ ਨੂੰ ਇਹਨਾਂ ਨੇ ਇੰਨਾ ਵੀ ਨਹੀਂ ਕੀਤਾ ਹੈਗਾ ਵੀ ਚਲੋ ਜੇ ਨਾਲ ਗਏ ਹੋ ਤੁਸੀਂ ਉਹਨੂੰ ਲੈ ਕੇ ਗਏ ਹੋ ਅਤੇ ਉਹਨੂੰ ਹੋਸਪਿਟਲ ਤੱਕ ਪਹੁੰਚਾਓ ਜਾਂ ਕਿ ਉਹਨੂੰ ਐਂਬੂਲੈਂਸ 'ਚ ਭੇਜ ਦਿਓ ਤੁਸੀਂ ਹੋਸਪਿਟਲ ਆਪ ਨਹੀਂ ਗਏ ਤਾਂ ਚਲੋ ਤੁਸੀਂ ਐਂਬੂਲੈਂਸ ਬੁਲਾ ਕੇ ਉਹਨੂੰ ਭੇਜ ਦਿਓ ਅਤੇ ਉਹਨਾਂ ਨੇ ਇੰਨਾ ਵੀ ਨਹੀਂ ਕੀਤਾ ਹੈਗਾ ਉਹ ਸਾਰੇ ਮਤਲਬ ਕਿ ਉੱਥੋਂ ਭੋਰੇ ਹੋ ਗਏ ਨੇ ਭੱਜ ਗਏ ਨੇ ਅਤੇ ਸਾਨੂੰ ਤਾਂ ਲੱਗਦਾ ਵਾ ਕਿ ਇਸ ਘਟਨਾ ਦਾ ਇਹ ਹੀ ਆ ਕਿ ਇਹਨਾਂ ਦਾ ਕਤਲ ਕਰਕੇ ਮੁੰਡੇ ਦਾ ਉਹਨੂੰ ਗੱਡੀ ਦੇ ਵਿੱਚ ਪਾ ਕੇ ਅਤੇ ਗੱਡੀ ਪੇੜ ਦੇ ਨਾਲ ਟਕਰਾ ਤੀ ਆ ਅਤੇ ਉਹਨੂੰ ਐਕਸੀਡੈਂਟ ਦੱਸਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਾਂ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰ ਰਹੇ ਹਾਂ ਕਿ ਵੈਰੀਫਾਈ ਕਰਕੇ ਅਤੇ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਅਤੇ ਸਾਨੂੰ ਇਨਸਾਫ ਦਵਾਇਆ ਜਾਏ। ਬੀਤੀ ਰਾਤ ਪਿੰਡ ਭਾਗੋਵਾਲ ਕ੍ਰੋਸ ਕਰਕੇ ਜਿਹੜਾ ਇੱਕ ਹਾਦਸਾ ਵਾਪਰਿਆ ਸੀਗਾ ਉਸ ਹਾਦਸੇ ਸੰਬੰਧੀ ਨੀਰਜ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਟਾਲੇ ਦੇ ਰਹਿਣ ਵਾਲੇ ਆ ਉਹਨਾਂ ਨੇ ਸਾਡੇ ਕੋਲ ਇੱਕ ਕਿਲਾ ਲਾਲ ਸਿੰਘ ਵਾਲੇ ਬਿਆਨ ਲਿਖਵਾਇਆ ਕਿ ਉਹ ਆਪਣੇ ਕੰਮਕਾਰ ਸੰਬੰਧੀ ਕਲੈਸ਼ਨ ਕਰਕੇ ਕਲਾਨੌਰ ਤੋਂ ਕਿਲਾ ਲਾਲ ਸਿੰਘ ਵਾਲੇ ਨੂੰ ਆ ਰਹੇ ਸੀਗੇ। ਇੱਕ ਜਿਹੜੀ ਸੈਂਟਰੋ ਕਾਰ ਜਿਹੜੀ ਬਹੁਤ ਹੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰੀ ਨਾਲ ਇੱਕ ਕੋਈ ਪਰਸਨ ਜਿਹੜਾ ਇਹਨਾਂ ਦੇ ਕੋਲ ਦੀ ਚਲਾ ਕੇ ਮੇਰਾ ਲੰਘਦਾ ਆ ਮੁੜ ਕੇ ਥੋੜ੍ਹੇ ਸਮੇਂ ਬਾਅਦ ਜਦੋਂ ਇਹ ਆਣ ਕੇ ਦੇਖਦੇ ਆ ਵੀ ਕਾਰ ਜਿਹੜੀ ਇੱਕ ਦਰਖਤ ਨਾਲ ਟਕਰਾਈ ਹੋਈ ਸੀ। ਜਦੋਂ ਇਹਨਾਂ ਨੇ ਦੇਖਿਆ ਉਸ ਕਾਰ ਨੂੰ ਵਿਸ਼ਾਲ ਕੁਮਾਰ ਜਿਹੜਾ ਚਲਾ ਰਿਹਾ ਸੀਗਾ ਜਦੋਂ ਇਹਨਾਂ ਨੇ ਗਾਂਹ ਅੱਗੇ ਜਦ ਦੇਖਿਆ ਵੀ ਕਾਰ ਬੁਰੀ ਤਰ੍ਹਾਂ ਜਿਹੜੀ ਹਾਦਸਾਗ੍ਰਸਤ ਹੋਈ ਸੀ ਅਤੇ ਕਾਰ ਦੇ ਵਿੱਚ ਇਹਨਾਂ ਦਾ ਬ੍ਰਦਰ ਜਿਹੜਾ ਆ ਖੂਨ ਨਾਲ ਲੱਥਪੱਥ ਹੋਇਆ ਜ਼ਖਮੀ ਹਾਲਤ ਵਿੱਚ ਪਿਆ ਸੀ ਰਾਹੁਲ ਕੁਮਾਰ ਔਰ ਉਹ ਜਿਹੜਾ ਵਿਸ਼ਾਲ ਕੁਮਾਰ ਆ ਮੋਗਾ ਤੋਂ ਜਿਹੜਾ ਭੱਜਣ ਦਾ ਇਹਨਾਂ ਦੇ ਕਹਿਣ ਦੇ ਬਾਵਜੂਦ ਇਹਨਾਂ ਦੇ ਬਿਆਨ ਤੱਕ ਜਿਹੜਾ ਵਿਸ਼ਾਲ ਕੁਮਾਰ ਉੱਥੋਂ ਮੋਗਾ ਤੋਂ ਭੱਜ ਗਿਆ ਜਿਹੜਾ ਰਾਹੁਲ ਕੁਮਾਰ ਸੀ ਇਹਨਾਂ ਦਾ ਬ੍ਰਦਰ ਇਹਨਾਂ ਦੇ ਹੱਥਾਂ ਦੇ ਵਿੱਚ ਅਤੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਦਮ ਤੋੜ ਗਿਆ ਇਹਨਾਂ ਨੇ ਉਹ ਬਿਆਨ ਲਿਖਾਇਆ ਅਤੇ ਅਸੀਂ ਇਹਨਾਂ ਦੇ ਬਿਆਨ ਮੁਤਾਬਕ ਜਿਹੜਾ 304 IPC ਦੇ 120B ਦੇ ਵਿੱਚ ਜਿਹੜਾ ਮੁਕੱਦਮਾ ਇੱਥੇ ਕਿਲਾ ਲਾਲ ਸਿੰਘ ਵਾਲੇ ਦਰਜ ਕੀਤਾ ਅਤੇ ਅਸੀਂ ਜਿਹੜਾ ਉਹ ਵਿਸ਼ਾਲ ਕੁਮਾਰ ਜਾਂ ਉਹਦੀ ਕੋਈ ਵੀ ਹੋਰ ਮਦਦ ਕਰਨ ਵਾਲਾ ਇਸ ਹਾਲ ਦੇ ਵਿੱਚ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਅਸੀਂ ਗ੍ਰਿਫਤਾਰ ਕਰਨਾ।